मैं तेनू की पुछना आप सिर कुर्ती बापू पहला नहीं कम बन गया मैं फेल हो गया पहला पता दिया चार साल हो गए एक गिलास चार अक्षर पढ़ने जा चार अक्षर आई गया चार साल हो गए तो कोई काम भी करे हां पढ़ाई चा मैं पता हूं तू ऐसा वैसी बापू मैं पास तो हूं नहीं है मेनू है कारा मोटर साइकिल में जमाना है चल हो खड़ा हुणे छड्ड के मैं कट के मैं तेरी रां दा होर कदों चल चल बापू तेरे पुत दियां गल्लां होणियां गल्लां पहला भी हुंदियां ने तेरियां गल्लां सारे पिंड च गल्लां हुंदियां ने तेरियां हुण होर लोट होणगियां जानदा मैं अज तू छड़ दे इनू कोई गल ठीक है जद तू मैं सब का खाना ना मैं तो जागदा हुन्ना आओ जागदा हुन्ना मिस्त्री बना दो टॉप दा कोई गल ठीक है बना दे इनू रख ले अज 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 तो बाद तेरा मेरा कोई लागा नहीं हुन मैं मिस्त्री दा हो गया चल ठीक है कोई आके नु बना दा जेड़ा मिस्त्री टॉप ठीक है कहने मेरे मारा ना करे वा मारी ना दुए दे मिस्त्री जी दे ने काम ना सिखया ना चाडे प्लेट आई काम इनू सिखा दो टॉप दा गल्ला हुन गया तेरे मुंडे दी कि हां मिस्त्री मिस्त्री होवे बस तेरी जुम्मेवारी आ हां टेंशन ना ले कि मेरे आवे आज भी उड़ गया मैं हां उड़ी जा जा कुछ जा तो डंगर साफ जाके अपने भाग जा मेरे ना काम सिख ली ध्यान ना अखन में कटन होने मेरे को तेनू काम सिखन नु कहा मैं पिछलू वाली पूरा कोई ना पूरा नहीं करते प्यार ना सिखा दूं मैं अखा करता है कोई ना मेरे जा तू मैं बेच कर दूं तरना हो गई है तरनाम की है तेरा की नाम है तेरा मैं तो अंबल नहीं मिस्त्री तू है कि मैं ਅੱਜ ਤੱਕ ਤਾਂ ਮੈਂ ਵੀ ਹਾਂ ਅਰੇ ਸਿੱਖਿਆ ਹੈ ਵੀ ਨਹੀਂ ਕੋਸਾ ਪਹਿਲੀ ਨੂੰ ਜਵਾਨ ਲੜਾਣ ਲੱਗ ਗਿਆ ਅੱਛਾ ਹਜੇ ਮਿਸਤਰੀ ਨਹੀਂ ਬਣਾ ਮੈਂ ਕੀ ਨਾਮ ਨਾਮ ਦੱਸ ਪਹਿਲਾਂ ਤੇਰਾ ਮੇਰਾ ਨਾਮ ਹੈ ਤਨਾਟ ਟੈਂਪੂ ਰਿਪੇਅਰ ਅਰੇ ਇਹ ਕਿਹੜਾ ਨਾਮ ਹੈ ਇਹ ਤਾਂ ਐ ਨਹੀਂ ਉਹ ਤਾਂ ਦੁਕਾਨ ਦਾ ਨਾਮ ਸੀ ਮੈਨੂੰ ਸੁਪਨਾ ਆਇਆ ਸੀ ਉਹਦੇ ਵਿੱਚ ਮੈਂ ਟੈਂਪੂ ਸਮਾਰਿਆ ਕਰਦਾ ਉੱਥੇ ਲਿਖ ਰੱਖਿਆ ਸੀ ਤਨਾਟ ਟੈਂਪੂ ਰਿਪੇਅਰ ਅੱਛਾ ਮੇਰੀ ਗੱਲ ਸੁਣ ਤੇਰੇ ਭਾਪੇ ਨਾਲ ਮੇਰੀ ਮੁੱਠ ਤੋਂ ਲਿਹਾੜਿਆ ਹੈ ਬਹੁਤ ਸਾਲਾਂ ਦੀ ਉਹ ਮੈਨੂੰ ਤੈਨੂੰ ਮਾਣ ਕਰਕੇ ਛੱਡ ਕੇ ਗਿਆ ਮੈਂ ਲਵੇ ਵੀ ਕੰਮ ਸਿੱਖ ਰਿਹਾ ਕੰਮ ਜਿਹੜਾ ਮੈਂ ਕੰਮ ਕਰਿਆ ਕਰੂੰ ਨਾ ਧਿਆਨ ਨਾਲ ਦੇਖਿਆ ਕਰੀ ਦਿਮਾਗ ਨੇ ਕੰਮ ਕਰਨਾ ਹੈ ਮੇਰੀ ਬੇਇੱਜ਼ਤੀ ਨਾ ਕਰਾ ਦੀ ਠੀਕ ਹੈ ਨਾ
ਮੈਂ ਤਾਂ ਮੇਰੇ ਬਾਪ ਦੀ ਬੇਇੱਜ਼ਤੀ ਕਰਾਈ ਤੇਰੀ ਕੀ ਕਰਾਂਗਾ ਮਿਸਤਰੀਆ ਠੀਕ ਹੈ ਨਾਲ ਜਿਹੜਾ ਕੰਮ ਮੈਂ ਕਰਿਆ ਕਰੂੰਗਾ ਦਿਮਾਗ 'ਚ ਬਿਠਾ ਲਿਆ ਕਰੀ ਠੀਕ ਹੈ ਚੰਗਾ ਜੀ ਨਾ ਯਾਰ ਪਾਣਾ ਯਾਰ ਮਾਰਾ ਕਰੋ ਤੁਸੀਂ ਸੱਟ ਲੱਗ ਗਈ ਮੂਹਰੇ ਤੂੰ ਸਹਿਬ ਨਾ ਬੋਲਿਆ ਕਰਾਂ ਘਰ ਸਫਾਈ ਕਰ ਲੈ ਸਾਫ਼ ਕਰਦਾ ਇਹਨਾਂ ਤੇ ਗੋਹਾ ਲੱਗਿਆ ਦੀ ਜੀ ਉਹ ਸੰਤਾਂ ਤੇ ਗੋਹਾ ਲੱਗਦਾ ਹੁੰਦਾ ਪਾਗਲ ਬੰਦਿਆ ਹੋਰ ਮੈਨੂੰ ਤੇਲ ਤੂੰ ਲੱਗ ਜਾਣਾ ਇਹਨਾਂ ਤੇ ਸਾਫ਼ ਕਰ ਦੇ ਤੇਲ ਕਿਨੇ ਲਾਇਆ ਦੀ ਜੀ ਤੈਨੂੰ ਨਹੀਂ ਅਕਲਾਂ ਦੀ ਆ ਜੂਗੀ ਜੀ ਫਿਰ ਗੱਲਾਂ ਤੇ ਪੁੱਛਣੀਆਂ ਪੈਣਗੀਆਂ ਹੁਣ ਜਦੋਂ ਬਿਨਾ ਪੁੱਛੇ ਜੇ ਮੈਂ ਗੁਸਾਇਆ ਉਰਲ ਫੁੱਲ ਕਰਤਾ ਫਿਰ ਤੁਸੀਂ ਕਹੋਗੇ ਮੈਂ ਪੁੱਛਿਆ ਨਹੀਂ ਹੈਗਾ ਮੈਨੂੰ ਕੋਈ ਨਾ ਕੋਈ ਨਾ ਸਾਫ਼ ਕਰ ਦੇ ਇਹਨੂੰ ਕੀ ਕਹਿੰਦੇ ਨੇ ਇਹ ਪੰਨ ਹੈ ਨਟ ਖੋਲਣ ਵਾਲਾ ਨਟ ਖੋਲਣ ਵਾਲਾ ਹਾਂ ਫਿਰ ਆ ਪਾਸੇ ਨੂੰ ਕੀ ਕਹਿੰਦੇ ਨੇ ਇਹ ਟੁੱਟਿਆ ਹੋਇਆ ਹੈ ਪੰਨ ਅੱਛਾ ਨਾ ਜੇ ਗੁੱਛੀ ਜਿ ਫਸਾ ਕੇ ਐਂ ਚੱਕਣੀ ਹੋਵੇ ਚੱਕੀ ਜਾਊ ਆਹੋ ਚੱਕੀ ਜਾਊਗੀ ਮਰੀ ਜਾਂਦਾ ਪਕਾਈ ਇਹਨੂੰ ਕੀ ਕਹਿੰਦੇ ਨੇ ਥੋੜੀ ਅੱਛਾ ਥੋੜੀ ਪਲਾਸ ਹੈ ਇਹ ਪਲਾਸ ਨਹੀਂ ਠੀਕ ਕਿਤੇ ਕਿ ਕਹਿੰਦੇ ਹੁੰਦੇ ਨੇ ਇਹਨੂੰ ਛੱਡ ਤਾਂ ਚੰਗਾ ਚੰਗਾ ਪਲਾਸ ਹੈ ਕਹਿੰਦੇ ਮਿਸਤਰੀ ਜੀ ਹਾਂ ਇਹਨੂੰ ਚੇਪ ਕਸ ਕਹਿੰਦੇ ਨੇ ਉਹ ਪੇਚ ਕਸ ਹੈ ਪੇਚ ਪੇਚ ਕਸ ਹਾਂ ਫਿਰ ਆ ਚਾਰ ਲੱਤਾਂ ਵਾਲਾ ਕੀ ਹੋਇਆ ਜੀ ਉਹ ਤੈਨੂੰ ਸਾਰੇ ਅੱਜ ਨਹੀਂ ਦੱਸਦਾ ਫੇਰ ਦੱਸੂਗਾ ਤੂੰ ਅੱਜ ਨਹੀਂ ਮਿਸਤਰੀ ਬਣਦਾ ਅੱਛਾ ਹਾਂ ਫੇਰ ਦੱਸੂਗਾ ਤੈਨੂੰ ਕਦੇ ਤਾਂ ਚਲੋ ਫਿਰ ਕੀ ਕਰੀਏ ਹੁਣ ਓਕੇ ਜੀ ਫਿਰ ਲੈ ਛੱਡ ਕੇ ਹੈ ਟੈਲੀਫੋਨ ਲੈ ਛੱਡ ਕੇ ਉਹ ਕੀ ਹੁੰਦਾ ਉਹ ਬਚਾਲ ਦਾ ਮੋਟਰ ਵਿੱਚ ਛੱਡ ਦੇ ਉਹਦਾ ਕੰਮ ਕਰਨਾ ਉਹ ਲਾਲ ਜਾ ਹਾਂ ਬਚਾਲੀ ਫਿਰ ਇਹਦਾ ਲਾਲ ਲੈ ਲਿਆ ਆ ਜਾ ਤੂੰ ਮੈਂ ਦੱਸਦਾ ਪਲੱਗ ਕਿਵੇਂ ਖੋਲਿਆ ਕਰਦੇ ਨੇ ਇਧਰਾਂ ਪਲੱਗਾਂ ਖੋਲ ਕੇ ਨਾ ਠੀਕ ਹੈ ਹਾਂਜੀ ਨਿਗਾਹ ਰੱਖੀ ਧਿਆਨ ਨਾਲ ਮੇਰੀ ਪੂਰੀ ਨਿਗਾਹ ਹੀ ਦੋ ਅੱਖਾਂ ਖੁੱਲੀਆਂ ਨੇ ਬਾ ਠੀਕ ਹੈ ਜੇ ਕੋਈ ਮੋਟਰਸਾਈਕਲ ਸਟਾਰਟ ਨਾ ਹੋਵੇ ਹਾਂਜੀ ਪਲੱਗ ਖੋਲ ਕੇ ਨਾ ਇਹਨੂੰ ਸਾਫ਼ ਕਰਕੇ ਠੀਕ ਹੈ ਕੱਪੜੇ ਨਾਲ ਸਾਫ਼ ਕਰਕੇ ਹੈ ਨਾ ਜਿਵੇਂ ਖੋਲਿਆ ਆਪਾਂ ਜਿਹੜੀ ਚੀਜ਼ ਖੋਲੀਏ ਦੇਖਾ ਉਹਨੂੰ ਉਵੇਂ ਕਸਣਾ ਹੈ ਧਿਆਨ ਰੱਖੀਏ ਜੀ ਜਿਵੇਂ ਚੀਜ਼ ਖੋਲਣੀ ਹੈ ਉਹ ਹਾਂ ਜਿਵੇਂ ਹੁਣ ਮੈਂ ਪਲੱਗ ਖੋਲਿਆ ਉਹ ਕੋਈ ਵੀ ਚੀਜ਼ ਜਿੱਥੋਂ ਆਪਾਂ ਖੋਲਾਂਗੇ ਉੱਥੇ ਹੀ ਕਸਣੀ ਹੈ ਮਾੜਾ ਧਿਆਨ ਨਾਲ ਠੀਕ ਹੈ ਠੀਕ ਹੈ ਦਿਮਾਗ 'ਚ ਰੱਖੀਏ ਤੇ ਗੱਲ ਆ ਜਿਹੜੀ ਚੀਜ਼ ਜਿੱਥੋਂ ਆਪਾਂ ਖੋਲਣੀ ਹੈ ਉੱਥੇ ਹੀ ਕਸਣੀ ਹੈ ਮੈਂ ਫਿੱਟ ਕਰ ਲਈ ਦਿਮਾਗ 'ਚ ਠੀਕ ਹੈ ਐਂ ਕਰਾ ਇਹਦਾ ਕਰਤਾ ਮੈਂ ਇਹਦੇ ਚੈਨ ਤੇ ਤੇਲ ਲਾ ਦੇ ਚੈਨ ਤੇ ਤੇਲ ਲਾ ਦੇ ਤੇਲ ਮਾਰ ਦੇ ਵੀ ਚੈਨ ਤੇ ਬਾਕੀ ਤਿਆਰ ਹੈ ਸੀਟ ਨੂੰ ਲਾ ਕੇ ਫਿਰ ਓਕੇ ਹੈ ਐਂ ਕਮਾ ਦੇ ਨੂੰ ਹਾਂ ਕਮਾ ਕੇ ਚੈਨ ਤੇ ਤੇਲ ਲਾ ਦੇ ਆਉ ਕਮਾ ਦੇ ਕੋਈ ਆਏ ਕਰੀਂ ਧਿਆਨ ਨਾਲ ਗੱਲ ਸੁਣਨਾ ਮੇਰੀ ਹਾਂਜੀ ਠੀਕ ਹੈ ਰੋਟੀ ਖਾ ਗਈ ਤੇ ਹਾਂਜੀ ਹੁਣ ਰੋਟੀ ਖਾ ਕੇ ਆ ਠੀਕ ਹੈ ਮੈਂ ਖਾ ਕੇ ਨਾ ਰੋਟੀ ਘਰੇ ਜਾ ਕੇ ਠੀਕ ਹੈ ਜੇ ਕੋਈ ਦੁਕਾਨ ਤੇ ਕੰਮ ਆ ਗਿਆ ਚੈਨ ਵਾਲਾ ਆ ਗਿਆ ਤੇ ਪਲੱਗ ਵਾਲਾ ਆ ਗਿਆ ਜਿਵੇਂ ਤੈਨੂੰ ਦੱਸਿਆ ਹੋਇਆ ਉਵੇਂ ਹੀ ਕਰਨਾ ਠੀਕ ਹੈ ਮੈਂ ਖਾ ਕੇ ਨਾ ਰੋਟੀ ਧਿਆਨ ਰੱਖੀ ਠੀਕ ਹੈ ਚੰਗਾ ਠੀਕ ਹੈ ਹਾਂ ਪਲੱਗ ਤੇ ਬਸ ਫੂਕ ਜੀ ਮਾਰ ਕੇ ਕੱਪੜਾ ਜਿਵੇਂ ਮੈਂ ਤੈਨੂੰ ਦੱਸਿਆ ਸੀ ਉਵੇਂ ਹੀ ਕਰਨਾ ਕੰਮ ਹਾਂ ਠੀਕ ਹੈ ਹੋਰ ਕੋਈ ਕੰਮ ਵੱਧ ਨਾ ਹੋ ਕਰੀ ਚੰਗਾ ਜੀ ਆ ਦੋਏ ਕੰਮ ਕਰਨੇ ਟਾਈਮ ਤੇ ਪਲੱਗ ਵਾਲਾ ਤੇ ਚੰਗਾ ਜੀ ਜੇ ਉਹ ਮੈਂ ਕਹਿ ਦੂੰ ਮਿਸਤਰੀ ਗਿਆ ਆ ਕੇ ਕਰਾ ਲਈ ਹਾਂ ਮੈਂ ਰੋਟੀ ਖਾ ਕੇ ਆਇਆ ਠੀਕ ਹੈ ਧਿਆਨ ਰੱਖੀ ਇਹਦੇ ਤਾਂ ਸਾਲੇ ਦੇ ਚੈਨ ਹੀ ਨਹੀਂ ਹੈਗੀ ਮਿਸਤਰੀ ਕਹਿੰਦਾ ਸੀ ਜਿਵੇਂ ਖੋਲੋ ਉਵੇਂ ਡਾ ਦੋ
लाले ने तो चाबी ही नहीं लाई। ਰੋੜੀਆਂ ਦਾ ਦੀ ਚੜ ਕੇ ਜਾਊਂਗਾ। ਠੀਕ ਹੈ, ਹੱਕ ਬਣਦਾ।
ਸਾਰੇ ਤੇ ਕੱਢਦਾ ਰਹੇ ਤੇ ਬਾਅਦ ਚ ਪਈ ਨੀ ਹੈਗੇ, ਪਤਾ ਨੀ ਕੀ ਫੁੱਲ ਗਏ ਤੇ ਨਵਿਆਂ ਨੂੰ ਪਤਾ ਨੀ ਕੀ ਅੱਗ ਲੱਗ ਗਈ, ਇਹ ਵੀ ਨੀ ਪਏ। ਚਲੋ ਕਿਹੜਾ ਵਿੱਚ ਵੜ ਕੇ ਦੇਖੂਗਾ ਵੀ ਮੇਰਾ ਸਮਾਨ ਕੱਢ ਲਿਆ, ਨਾਲੇ ਬ੍ਰੇਕ ਤਾਂ ਲੱਗਣਗੀ, ਇਹਨਾਂ ਦਾ ਕੀ ਚੱਕਰ ਹੈ, ਮਾੜੇ ਮੋਟੇ ਸੰਦ ਸੰਦ ਤਾਂ ਨਿਕਲਦੇ ਰਹਿੰਦੇ ਨੇ। ਪਰ ਜਿਵੇਂ ਉਸਤਾਦ ਕਹਿੰਦੇ ਸੀ ਵੀ ਜਿਵੇਂ ਖੋਲ੍ਹਣਾ ਉਵੇਂ ਭੇੜਨਾ, ਕਰਿਆ ਤਾਂ ਆਈ ਤੀ, ਉਹ ਤੋਂ ਬਾਅਦ ਆ ਪਈ ਨਹੀਂ ਹੈਗੇ, ਨਾ ਸਪਰਿੰਗ ਜੇ ਸੈੱਟ ਆਏ। ਚਲ ਕੋਈ ਗੱਲ ਨਹੀਂ, ਉਹ ਕਿਹੜਾ ਵਿੱਚ ਵੜ ਕੇ ਦੇਖੂਗਾ, ਨਾਲੇ ਲੈਦਰ ਵੱਜ ਗਏ, ਨਾਲੇ 100 ਰੁਪਈਆ ਬਣ ਗਿਆ। ਚਾੜਨਾ ਤੇ ਸਾਲੇ ਨੇ ਚਾੜਤਾ, ਹਾਂ ਮਿਸਤਰੀਆ ਤੂੰ ਉਰੋਂ ਖਿਸਕ ਲੈ ਆਉਂਦੀ ਹੁਣੇ ਖਾਨ ਸਮੀਰੇ ਹੋਰੀ ਕੀ ਮੰਗਦਾ, ਲੰਘ ਜਾ। ਸਾਡੇ ਬਾਗਲ ਚ ਕੁੱਤੀ ਸੂਰੀਆ ਜਾ ਹੁੰਦੇ ਨੇ ਉੱਥੇ, ਉਹ ਕੰਜਰ ਦੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਤੁੱਕੇ ਹੁੰਦੇ ਨੇ ਇਹ। ਅੱਛਾ ਤੁੱਕੇ ਮੁਰਖ ਦੇ ਨਾਲ ਨਾਲ ਮੈਨੂੰ ਲੱਗਦਾ ਬਹਿਰਾ ਵੀ ਹੈ, ਇਹ ਤਾਂ ਇਹ ਕੰਨ ਚ ਰਾਤ ਪੈ ਰਹੀ ਹੈ ਤਾਂ ਕਰਕੇ ਇੱਕ ਗੱਲ ਨੂੰ
ਲੈ ਦੇਖਦਾ ਮੈਂ ਇੱਕ ਨੱਦਾ ਪਿਆ ਹੋਵੇ ਦੁਕਾਨ 'ਚ ਜੇ ਕੰਮ ਚੱਲਦਾ ਹੋ ਜੇ। ਆ ਹੁੰਦੇ ਨੇ ਹੈਂ ਆ ਹੁੰਦੇ ਨੇ ਇਹਨਾਂ ਨੂੰ ਬੋਲਦੇ ਨੇ ਤੁੱਕੇ। ਇਹ ਕੋਈ ਤੁੱਕੇ ਹੋਏ ਇਹਦਾ ਪੱਤੀਆਂ ਨੇ ਜਾਪੜਾ। ਉਸਤਾਦ ਜੀ ਹਾਂ ਜੀ ਆ ਪੈਂਚਰ ਵੀ ਕੇ ਰਹਿ ਗਿਆ ਆਪਣੇ ਲਵੇ ਤਾਂ ਕੋਈ ਨਾ ਉਹ ਵੀ ਫੜ ਲਿਆਉਂਗਾ ਸ਼ਹਿਰੋਂ ਮੈਂ ਜਾ ਕੇ। ਚੱਲ ਤੁੱਕੇ ਤਾਂ ਪਾ ਦਿੰਦੇ ਆਪਣਾ ਕੰਮ ਚੱਲਦਾ ਹੋ ਜੂਗਾ ਹੈ ਕੰਮ ਚੱਲਦਾ ਹੋ ਤੁੱਕੇ ਪਾ ਦਿੰਦੇ ਆਪਾਂ। ਲਾ ਪੈਂਚਰ ਤੂੰ ਮੈਂ ਪਾ ਦਾਂ ਤੁੱਕੇ। ਮੇਰੇ ਸਾਲੇ ਦਾ ਉਸਤਾਦ ਜੀ ਪੈਂਚਰ ਤਾਂ ਨਹੀਂ ਲੀਕ ਹੁੰਦਾ ਮੈਂ ਤਾਂ ਚੱਪ ਤਾ। ਉਹ ਤੂੰ ਹੋਰ ਨਾ ਕਰਦੀ ਨਾ ਐਂ ਕਿਵੇਂ ਆ ਖਾ ਗਿਆ ਚੂਹੇ ਵਾਂਗੂ ਆ ਪੈਂਚਰ ਨਹੀਂ ਲੀਕ ਹੁੰਦਾ ਮੇਰਾ ਲਾਇਆ ਹੋਇਆ ਨਾਲੇ ਊਂ ਹੀ ਮਾਰਿਆ ਥਾਪੜਾ ਇੰਨਾ ਕੰਮ ਕਰਦਾ। ਚੱਲ ਤੂੰ ਰਿਹਾ ਖੜਾ ਹੋ ਕੇ। ਹਾਂਜੀ ਪਹਿਲਾਂ ਤਾਂ ਦੱਸੋ ਤੁਸੀਂ ਮੈਨੂੰ ਉਸਤਾਦ ਜੀ ਤੁਹਾਡੀ ਅੱਖ ਤੇ ਕੀ ਹੋ ਗਿਆ ਜੀ? ਓਏ ਅੱਖ ਤਾਂ ਗੋਲੀ ਵੱਜੀ ਤੀ। ਫਿਰ ਗੋਲੀ ਨਾਲ ਤੁਸੀਂ ਬਚ ਗਏ ਕਿਵੇਂ? ਓਏ ਉਹ ਨਹੀਂ ਉਹ ਚੱਕੇ ਆਈ ਗੋਲੀ ਬੁੜਕ ਕੇ ਵੱਜੀ ਅੱਖ ਤੇ ਨਹੀਂ ਤੂੰ ਧਿਆਨ ਨਾਲ ਕੰਮ ਕਰੀ ਕੀ ਤੇ ਕਿੱਥੇ ਵੱਜੇ? ਤੁਸੀਂ ਨੇ ਪੁੱਠਾ ਸਿੱਧਾ ਥੜਾ ਮਾਰਨਾ ਤਾਂ ਹੀ ਤਿੜਕੀ ਆ। ਆਓ ਚੱਲ ਤੂੰ ਹੁਣ ਜਾ ਕੇ ਗੱਲਾਂ ਨਾ ਕਰਿਆ ਕਰ ਤੂੰ ਗੱਲਾਂ ਬਹੁਤ ਕਰਦੇ। ਉਹ ਸਮਾਨ ਸਾਮ ਮੈਂ ਜਾਣੇ ਸਵੇਰੇ ਸਾਲੇ ਦੇ ਵਿਆਹ ਬਗ ਚੱਲਾਂਗੇ ਜੀ ਕਹਿਣ ਦੀ ਕੀ ਲੋੜ ਹੈ? ਦੁਕਾਨ ਬਾਬਾ ਸਾਹਮੂ ਆ ਫਿਰ ਉਰੇ ਤੂੰ ਦੁਕਾਨ ਤੇ ਰਹੀ ਚੱਕ ਸਮਾਨ ਉਹ ਸਮਾਨ ਧਰ ਦੀ ਅੰਦਰ ਚਲਾਇਆ ਕਰ ਸਮਾਨ ਧਰ ਦੀ ਅੰਦਰ ਮੈਂ ਜਾਂਦਾ ਤਿਆਰੀ ਤਿਊਰੀ ਕਰਦਾ ਨਾਲੇ ਦੁਕਾਨ ਤੈਂ ਸਾਹਮਣੀ ਆ ਹੁਣ ਪੰਜ ਚਾਰ ਦਿਨ ਲੱਗਣਗੇ ਮੈਨੂੰ। ਕੱਲ੍ਹ ਦੁਕਾਨ ਮੈਂ ਕੱਲੀ ਹਾਂ ਸਵੇਰੇ ਖੋਲ੍ਹਣੀ ਦੁਕਾਨ ਪੈਂਚਰ ਪੁੰਚਰ ਲਾ ਦੀ ਜਿਹੜਾ ਕੰਮ ਤੈਨੂੰ ਆਉਂਦਾ ਉਹ ਕਰਦੀ ਬਾਕੀ ਜਵਾਬ ਦੇ ਦੀ। ਅੱਛਾ ਹਾਂ ਠੀਕ ਹੈ ਮੈਂ ਸਮਾਨ ਧਰ ਦੀ ਅੰਦਰ ਸਾਰਾ ਦੁਕਾਨ ਵਧਾ ਦੀ ਉਸਤਾਦ ਜੀ ਤੁਸੀਂ ਜਮੀ ਸੋਚਣਾ ਕਰੋ ਮੈਂ ਦੁਕਾਨ ਆਪੇ ਸਾਂਭਲੂਆਂ। ਹਾਂ ਠੀਕ ਹੈ ਪੰਜ ਦਿਨ ਲੱਗ ਜਾਣਗੇ ਮੈਨੂੰ ਧਿਆਨ ਨਾਲ। ਤੁਸੀਂ ਬੇਸੋਚੋਗੇ ਜਾਓ ਸਾਲੇ ਦੇ ਵਿਆਹ ਨਾਲ ਐਂ ਕਰਿਓ ਜੀ ਦਾਰੂ ਘੱਟ ਪੀਓ ਉੱਥੇ ਜਾ ਕੇ। ਕੋਈ ਨਾ ਕੋਈ ਨਾ ਮੈਂ ਸੁਣਿਆ ਜੀ ਕਹਿੰਦੇ ਛਾਲੀ ਕਰ ਦਿੰਦੇ ਮੈਂ ਸੁਣਿਆ ਜੀ ਵੀ ਛਾਲੀ ਕਰ ਦਿੰਦੇ ਤੁਸੀਂ ਇਹ ਤਾਂ ਨਹੀਂ ਪੀਂਦਾ ਤੇ ਜਾ ਕੇ ਉਸਤਾਦ ਇਹਦਾ ਕਹੂਗਾ ਵੀ ਇਹਨੂੰ ਕਿਹਨੇ ਦੱਸਤਾ ਵੀ ਜਾਰੀ ਕਰਦਾ ਇਹ। ਤੂੰ ਭਾਈ ਮੈਨੂੰ ਦੇਖਿਆ ਬਾਹਲਾ ਜਿਹਾ ਲੱਗਦਾ ਤੂੰ ਮੋਟਰਸਾਈਕਲ ਵਾਲੀ ਦੁਕਾਨ ਤੇ ਨੀ ਕੰਮ ਕਰਦਾ ਜੀ? ਹਾਂ ਜੀ ਉਹ ਤਾਂ ਮੈਂ ਸਿੱਖ ਗਿਆ ਕਦੋਂ ਦਾ। ਅੱਛਾ ਫਿਰ ਉਹਦੇ ਕਿਵੇਂ? ਉਰੇ ਫਿਰ ਮੈਂ ਸਾਈਕਲ ਵਾਲਾ ਕੰਮ ਵੀ ਸਿੱਖ ਲੈਂਦੇ ਆ ਦੋਏ ਕੰਮ ਇਕੱਠੀ ਹੋ ਜਾਣੀ ਇੱਕੇ ਦੁਕਾਨ ਕਰ ਲਾਂਗੇ। ਇਹ ਤਾਂ ਤੇਰੀ ਗੱਲ ਭਾਈ ਠੀਕ ਹੈ। ਠੀਕ ਹੈ ਜੀ ਹੋਰ ਹੋਰ ਦੋਏ ਕੰਮ ਇਕੱਠੀ ਚੱਲ ਜਾਣਗੇ। ਤੂੰ ਡਬਲ ਕਮਾਈ ਦਾ ਲਾਲਚ ਕਰਦਾ ਡਬਲ ਕਮਾਈ ਕਰੇਗਾ। ਇਹ ਤੇ ਲਾਲਚ ਹੁੰਦੀ ਹੈ ਜੀ ਸਭ ਨੂੰ ਹੁੰਦੇ ਤਾਂ। ਕੀ ਹੋ ਗਿਆ ਜੀ ਸਕੂਟਰ ਨੂੰ? ਇਹਦੀ ਤਾਂ ਭਾਈ ਇੱਕ ਚੂਲ ਪਿਛੜੀ ਹੀ ਰਹਿੰਦੀ ਹੈ ਜਦੋਂ ਦਾ ਆਇਆ। ਅੱਛਾ ਮੇਰੇ ਸਹੁਰੇ ਨੇ ਦੇ ਤਾਂ ਦਿੱਤਾ ਮੈਨੂੰ ਹੁਣ ਵੇਚਣ ਸੁਨੀਤਾ ਨਹੀਂ ਦਿੰਦੀ। ਮੇਰੇ ਮਾਪਿਆਂ ਨੇ ਦਿੱਤਾ ਵੀ ਜੇ ਦਿੱਤਾ ਕੋਈ ਚੱਜ ਦਾ ਦੇ ਦਿੰਦੇ ਜੇ ਦਿਨ ਬੈਠੇ ਤੇ ਘੱਟੋ ਘੱਟ ਗੱਡੀਆਂ ਦੇ ਦਿੰਦੇ ਨਜ਼ਾਰੇ ਦਾ ਲੈ ਲੈਂਦਾ। ਇਹਨਾਂ ਦਾ ਮੇਰਾ ਲਹੂ ਪੀਰ ਗਿਆ ਇੱਕ ਦਿਨ ਨਹੀਂ ਚੱਲਿਆ ਬਸ ਸਾਰਾ ਦਿਨ ਘੜੀਸੀ ਫਿਰੀ ਜਾਓ ਕਿ ਬਾਜ਼ਾਰ 'ਚ ਜਾਂਦਾ ਜਾਂਦਾ ਮੈਂ ਚੜ ਕੇ ਆਉਣਾ ਤੁਰ ਕੇ ਜਲੂਸ ਨਿਕਲਿਆ ਮੇਰਾ ਉਹਨੂੰ ਦੇਖ ਲਿਆ ਭਾਈ ਹੁਣ ਪੈਂਚਰ ਹੋ ਗਿਆ ਦੱਸ। ਉਸ ਤੋਂ ਬਾਹਲੇ ਤੰਗ ਹੋਈ ਤੁਹਾਡਾ ਸਕੂਟਰ ਤੋਂ? ਬਾਹਲੇ ਨਹੀਂ ਬਹੁਤ ਜ਼ਿਆਦਾ ਬਾਹਲਾ ਤੰਗ ਹਾਂ ਜਲੂਸ ਨਿਕਲਿਆ ਮੇਰਾ ਤਾਂ ਜਮੀ। ਅੱਛਾ ਜੀ ਜੇ ਉਹਨੂੰ ਕਹਿੰਦੇ ਨੇ ਇਹਨੂੰ ਵੇਚ ਕੇ ਚਾਰ ਪੈਸੇ ਹੋਰ ਬਾਕੀ ਕੋਈ ਵਧੀਆ ਲੈ ਲੈਂਦੇ ਆ ਫਿਰ ਕਹਿੰਦੇ ਦੀ ਆ ਮੇਰੇ ਪੇਕਿਆਂ ਦੀ ਚੀਜ਼ ਹੈ ਦੇਖ ਲੈ ਚੀਜ਼ ਮੇਰਾ ਤਾਂ ਜਲੂਸ ਕੱਢ ਗਏ ਨੇ। ਟਾਈਮ ਪੈ ਕੇ ਪੁਰਾਣਾ ਹੋ ਗਿਆ ਜੀ ਉਹ
ਫਿਰ ਵੇਚਣ ਦਾ ਦੇ ਦੇ ਨਵਾਂ ਲੈ ਲਈਏ ਜਿਹਦਾ ਦੂਜਾ ਜੇ ਲੱਗੀ ਜਾਂਦੇ ਨੇ ਨਾ ਨਵਾਂ ਲੈ ਲੈਂਦੇ ਇੱਕ ਮੋਦੀ ਦਾ ਬੇੜਾ ਬੈਠ ਗਿਆ 80 ਰੁਪਏ ਲੀਟਰ ਪੈਟਰੋਲ ਕਰਤਾ ਦੱਸ ਕਿਹੜੇ ਖੂਹ ਚ ਛਾਲ ਮਾਰਾ ਰੋਜ਼ ਪਵਾ ਲੈਂਦਾ ਹੈ ਨੀ ਪਵਾ ਲੈਂਦਾ ਹੈ ਨੀ ਦੱਸ ਕਿਹੜੇ ਖੂਹ ਚ ਜਾਵਾਂ ਲੰਘ ਜਾਏ ਬਿਨਾ ਸਾਰੇ ਲਾਰਾ ਜੀ ਫਿਰ ਚਲਾ ਲਈਏ ਬਿਨਾ ਪੈਟਰੋਲ ਤੋਂ ਇਹਨੂੰ ਤੇਰਾ ਦਿਮਾਗ ਤਾਂ ਠੀਕ ਹੈ ਮੈਨੂੰ ਲੱਗਦਾ ਤੇਰਾ ਜਮੀ ਹਿੰਦਰ ਹੈ ਤੇਰਾ ਮੇਰੇ ਨਾਲ ਜ਼ਿਆਦਾ ਲੱਗਦਾ ਗਰਮੀ ਨੇ ਤੇਰਾ ਜਮੀ ਸੜ ਕੇ ਗਿਆ ਦਿੱਤਾ ਭਾਈ ਤੇਰਾ ਮੈਂ ਕੁਛ ਸੋਚ ਵਿਚਾਰ ਕੀ ਕਿਹਾ ਜੀ ਚਲਾ ਦਈਏ ਬਿਨਾ ਤੇਲ ਤੋਂ ਫਿਰ ਮੰਨੇ ਉਹ ਭਲੇ ਮਾਨਦਾ ਜੇ ਬਿਨਾ ਤੇਲ ਤੋਂ ਐ ਚੱਲਣ ਲੱਗ ਜਾ ਪੈਟਰੋਲ ਪੰਪ ਕੀ ਆ ਬਲੈਨ ਨੂੰ ਲਾਣਗੇ ਲੋਕ ਮੈਂ ਜਦੋਂ ਤੁਹਾਨੂੰ ਗੱਲ ਕਹਿਤੀ ਵੀ ਬਿਨਾ ਤੇਲ ਤੋਂ ਸਕੂਟਰ ਚੱਲੂਗਾ ਤੇਰਾ ਆਏ ਕਿ ਮੈਂ ਮੰਨ ਲਾ ਮੈਂ ਗਰੰਟੀ ਹੈ ਵਿਸ਼ਵਾਸ ਕਰਕੇ ਦੇਖ ਮੇਰਾ ਚ ਤੇਰਾ ਬਿਨਾ ਤੇਲ ਤੋਂ ਨਾ ਚੱਲਿਆ ਜੁਰਮਾਨਾ ਲਾ ਦੀ ਦੁਕਾਨ ਤੋਂ ਅਸਤੀਫਾ ਲੈ ਲੂੰਗਾ ਮੈਂ ਹੋਰ ਤਾਂ ਚੱਲ ਹਾਂ ਗਰੰਟੀ ਹੈ ਜਦੋਂ ਜੱਟ ਇਹ ਕਥਾ ਪੜ ਕੇ ਕਹਿ ਦੇ ਨਾ ਲਗਾ ਹੁੰਦਾ ਭਾਈ ਦੋ ਪੈਸੇ ਵੱਧ ਦੇ ਦੂੰਗਾ ਹੈ ਜੇ ਕੰਮ ਕਰਦੇ ਤੂੰ ਮੰਨ ਜੂਗਾ ਤੈਨੂੰ ਐ ਸੋਚ ਲਵਾਂ ਵੀ ਦੁਨੀਆ ਤੋਂ ਸਾਰਿਆਂ ਨਾਲੋਂ ਵੱਡਾ ਮਿਸਤਰੀ ਤੂੰ ਆ ਤੁਸੀਂ ਸਕੂਟਰ 5 ਦਿਨ ਖੜਾ ਦਿਓ ਰੇ ਬਿਨਾ ਤੇਲ ਤੋਂ ਸਕੂਟਰ ਮਿਲੂਗਾ ਤੁਹਾਡਾ ਗੱਲ ਸੁਣ ਭਾਈ ਸਾਫ ਜੀ ਇੱਕ ਗੱਲ ਅੱਜ ਤੱਕ ਮੈਂ ਇਹ 10 ਮਿੰਟ ਦੀ ਕਿਤੇ ਸੁਣਨਾ ਛੱਡਿਆ ਤੇ ਲਵੇ 5 ਦਿਨਾਂ ਵਾਸਤੇ ਖੜਾ ਕੇ ਜਾਣਾ ਬਸ ਫਿਰ ਵਿਸ਼ਵਾਸ ਰੱਖੋ ਤੁਸੀਂ ਜਾਓ ਤੁਹਾਨੂੰ 5ਵੇਂ ਦਿਨ ਇਹ ਬਿਨਾ ਤੇਲ ਤੋਂ ਮਿਲੂਗਾ ਚੱਲ ਵੀ ਪਊ ਹਾਂ ਪੱਕਾ ਚੱਲ ਕੋਈ ਨਾ ਹੁਣ ਮੈਂ ਲੇਟ ਹੁੰਦਾ ਮੈਂ ਜਾਣਾ ਕਰਦੀ 5 ਦਿਨਾਂ ਚ ਨੂੰ ਬਸ ਠੀਕ ਹੈ ਠੀਕ ਹੈ ਗੋਲੀ ਵਰਗਾ ਬਣਾ ਦੂੰ ਉਹਨੂੰ ਬਿਨਾ ਤੇਲ ਤੋਂ ਮਹਾ ਕਰ ਵੀ ਦੇਵੇਂਗਾ ਜਮਾ ਪੱਕਾ ਵਿਸ਼ਵਾਸ ਰੱਖ ਤੂੰ ਸੇਠਾ ਉਹੀ ਗੱਲੇ ਹੀ ਮਾਰੀਆਂ ਮੈਂ ਉਹ ਸੇਠਾ ਵਿਸ਼ਵਾਸ ਰੱਖ ਵਿਸ਼ਵਾਸ ਵੀ ਕੋਈ ਚੀਜ਼ ਹੁੰਦੀ ਹੈ ਉਹ ਵੀ ਕੋਈ ਚੀਜ਼ ਹੁੰਦੀ ਹੈ ਤੇਰੀ ਜ਼ਬਾਨ ਤੇ ਵੀ ਲਗਾਮ ਨਹੀਂ ਹੈਗੀ ਹਨਾ ਸੋਚ ਸਮਝ ਕੇ ਜਮੀ ਨਹੀਂ ਬੋਲਦਾ ਤੂੰ ਐਂ ਦੱਸ ਵੀ ਇਹਨੂੰ ਬਿਨਾਂ ਤੇਲ ਤੋਂ ਚਲਾਵੇਂਗਾ ਕਿਵੇਂ ਚੌੜਾ ਹੋ ਕੇ ਕਹਿਤਾ ਉਹਨੂੰ ਰੱਬਾ ਦੇ ਸਕਤੀ ਸਿਕੰਦਰ ਸਿਆਮ ਮਿਸਤਰੀ ਰੁਕਦਾ ਬਿਨਾ ਲੈ ਇਧਰਾਂ ਤਾਂ ਕਿਵੇਂ ਦੇਖਦਾ ਜਿਵੇਂ ਮੁੱਲ ਲੈਣਾ ਹੁੰਦਾ ਹੈ
ਅੰਦਰ ਕਿਉਂ ਜਾਂਦੇ ਹੁਣ? ਬਿਨਾਂ ਲੈਦਰਾਂ ਤੋਂ ਰੁਕਦਾ ਹੈ? ਬਿਨਾਂ ਲੈਦਰਾਂ ਤੋਂ ਮੇਣਾ ਮਾਰਿਆ ਤੀ ਮੇਣਾ, ਅੰਦਰ ਵੜ ਗਿਆ ਕਿਵੇਂ ਖੁਰਚਦਾ ਸਰ ਹੁਣ, ਜਿਵੇਂ ਜੂਆਂ ਪੈ ਰਹੀਆਂ ਹੁਣ? ਤੇਰੀਆਂ ਸਕੀਮਾਂ, ਚੱਲ ਹੁਣ ਲਾਲੇ ਨੂੰ ਦਈਏ ਵਧਾਈਆਂ। ਹੁਣ ਕੁਛ ਕਹਿ ਵੀ ਨਹੀਂ ਸਕਦੇ, ਸਾਲਾ ਜੰਗਾੜ ਵਧੀਆ ਲਾ ਗਿਆ, ਚੱਲ ਕੁਰਬਾਨੀ ਕਰ ਗਿਆ, ਇੱਥੋਂ ਧੱਕੇ ਮਾਰ ਕੇ ਕੱਢਿਆ ਦੀ, ਚੱਲ ਕੁਛ ਬਣਾਇਆ ਤਾਂ ਹੈਗਾ ਉਹਨੇ। ਗੱਲ ਬਣਾ ਦੀ ਮੁੰਡਿਆ, ਇਹਦਾ ਪੀ ਮੇਰੇ ਕੋਲ ਜਮੀ ਚਮਕਣ ਲਾਤਾ ਹੈ। ਹਾਂਜੀ ਹਾਂ, ਦੇਖ ਬੱਲੇ ਬੱਲੇ ਬੱਲੇ, ਆ ਨਾਗ ਹੈ ਕਾ ਨਾਗ। ਤੇਰਾ ਬੈਜੇ ਬੇਲਾ, ਤੇਰਾ ਕੰਜਰਾ ਲੁੱਚਿਆ ਲਮੰਗਿਆ, ਨਾ ਇਹ ਸਕੂਟਰ ਛੱਡਿਆ ਨਾ ਇਹ ਸਾਈਕਲ, ਇਹ ਕੀ ਗੱਲ ਕਿਵਣੀ ਘਬਰਾ ਦਾ ਮੈਂ ਹੁਣ, ਦੱਸ ਕਦੇ ਕੀ ਜਵਾਬ ਦੇਊਗਾ ਜਾ ਕੇ, ਜਦੀਦਾ ਦੂਦਾ ਦਾ ਜਲੂਚ ਕੱਢਤਾ, ਨਾਲੇ ਮੇਰਾ ਨਾਲੇ ਮੇਰਾ ਚੂਟਰ ਦਾ, ਤੇ ਕਦੇ ਗਏ ਨਾ ਉਹ ਲੜੂਗੀ ਤੇ ਬਿਨਾਂ ਤੇਲ ਤੋਂ ਚੱਲੂਗਾ ਹੀ। ਓਏ ਤੇਲ ਦੀ ਠੀਕ ਦੀ ਕਿੱਥੋਂ ਤੈਨੂੰ ਕਹਿ ਬੈਠਿਆ, ਵੀ ਪਨੀਰ ਕਰਦਾ ਦੀ ਚੰਗਾ ਭਲਾ ਚਕੂਟਰ ਤਾਂ ਹੈਗਾ ਜੀ, ਨਿਸ਼ਾਨੀ ਦੀ ਸਹੁਰਿਆਂ ਦੀ ਸੱਤਿਆ ਨਾਸ ਕਰਦਾ ਜਾਏਦਾ। ਫਿਰ ਜੀ ਇਹਦੇ ਕੋਣ ਕੋਣ ਬਹੁਤ ਨੇ, ਆਜੋ ਤੁਸੀਂ ਪਾਣੀ ਪੀਓ, ਮੈਂ ਤੈਨੂੰ ਗੱਲ ਦੱਸਦਾ, ਇਹਦੇ ਗੁਣ ਬਹੁਤ ਨੇ ਜੀ। ਹੁਣ ਕੀ ਦੱਸੇਗਾ, ਕੀ ਰਹਿ ਗਿਆ ਦੱਸਣ ਨੂੰ, ਕੀ ਗੁਣ ਦੱਸੇਗਾ, ਸੱਤਿਆ ਨਾਸ ਕਰਦਾ ਚੰਗੇ ਭਲੇ ਸਕੂਟਰ ਦਾ। ਤੁਸੀਂ ਨਹੀਂ ਹੁੰਦਾ ਜੀ ਇਹਦੇ ਗੁਣ ਦੇਖਿਓ, ਲੈ ਤੁਸੀਂ ਇਹ ਕਰੋ ਪਹਿਲਾਂ ਹੰਝੂ ਪੂਜੋ। ਹਾਂ ਹੈਲੋ, ਪਹਿਲੀ ਬੁੱਕਣ ਲੱਗ ਗਿਆ ਤੂੰ ਤਾਂ, ਮੇਰੀ ਗੱਲ ਸੁਣੋ ਲਾਲਾ, ਇਹ ਇੱਥੇ ਖੜਾ ਦੇਖ, ਪਹਿਲਾ ਨੰਬਰ ਤਾਂ ਇਹ ਖਾਂਦਾ ਨੀ ਤੇਲ, ਇਹ ਤਾਂ ਮੰਨਦਾ। ਉਹ ਤਾਂ ਮੰਨ ਲਈ, ਹੁਣ ਤੇਲ ਕੀ ਸਵਾਹ ਖਾਊਗਾ, ਤੇਲ ਵਾਲਾ ਕੁਛ ਦੇ ਰਿਹਾ ਨਾ ਕੋਈ ਪੈਪ ਨਾ ਕੋਈ ਟੈਂਕੀ। ਮੇਰੀ ਗੱਲ ਸੁਣ, ਪਹਿਲਾ ਨੰਬਰ ਖਾਂਦਾ ਨੀ ਤੇਲ ਇਹ, ਹੈਂ, ਫਿਰ ਉਦੋਂ ਬਾਅਦ ਆ ਤੇਰਾ ਬੱਬਰ ਦੇ ਕਿੱਡਾ ਕਿੱਡਾ ਬੱਬਰ ਹੈ ਤੇਰਾ, ਇਹ ਤੇਰਾ 10 ਦਿਨਾਂ ਦੇ ਵਿੱਚ ਘੱਟ ਜੂਗਾ ਜਦੋਂ ਇਹ ਚਲਾਇਆ, ਇਹ ਵੀ ਮੰਨਦਾ ਘੱਟ ਜੂਗਾ। ਹਾਂ ਇਹ ਤਾਂ ਮੰਨਦਾ ਵੀ ਘੱਟ ਜੂ, ਹੈਂ, ਉਦੋਂ ਬਾਅਦ ਜੇ ਮੈਂ ਸੁਨੀਤਾ ਦਾ ਵੀ ਢਿੱਡ ਹੋਇਆ ਤਾਂ ਉਹਨੂੰ ਵੀ ਕਹਦੇ ਉਹ ਸ਼ਹਿਰ ਕਰਨ ਦਾ ਜਾਂਦੀ ਹੋਣੀ ਮੰਡੀ 'ਚ। ਹਾਂ ਬਸ ਉਹਨੂੰ ਕਹਿ ਦੀ ਵੀ ਆਹ ਲੈ ਜਾ ਕਰ, ਨਾਲੇ ਜਦੋਂ ਤੂੰ ਸਹੁਰੇ ਜਾਇਆ ਕਰੇਗਾ ਸੁਨੀਤਾ ਨੂੰ ਇੱਥੇ ਬਿਠਾ ਲਿਆ ਕਰੀਏ, ਇੱਥੇ ਡੰਡੇ ਦੇ ਡੰਡੇ ਦੇ ਬਿਠਾ ਕੇ। ਹੁਣ ਮੇਰੀ ਗੱਲ ਸੁਣ, ਹੁਣ ਜਦੋਂ ਪਿੱਛੋਂ ਤੂੰ ਸਕੂਟਰ ਚਲਾਉਂਦਾ ਹੁੰਦਾ ਸੀ, ਉਹ ਪਿੱਛੇ ਤੇਰੇ ਬੈਠੀ ਗੱਲਾਂ ਕਰੀ ਜਾਂਦੀ ਸੀ ਫੋਨ 'ਤੇ ਕਿਸੇ ਨਾਲ, ਕੀ ਤਾਂ ਕਿਸੇ ਨਾਲ ਤੇਰੇ ਨਾਲ ਕਰਦੀ ਹੈ ਜਾਂ ਹੋਰ ਨਾਲ ਕਰਦੀ ਹੈ, ਜਾਂ ਤੇਰੇ ਨਾਲ ਕੋਈ ਗੱਲ ਹੋਰ ਕਰਦੀ ਹੋਣੀ, ਇਹਨੂੰ ਸੁਣਦੀ ਤਾਂ ਨਹੀਂ। ਹੁਣ ਜਦੋਂ ਉਰੇ ਬੈਠੀ ਹੋਈ ਤੈਨੂੰ ਸਾਰੀ ਗੱਲ ਸੁਣਿਆ ਕਰੂਗੀ ਸਾਰੀ, ਜਿਹੜੀ ਤੇਰੇ ਨਾਲ ਬੋਲੂ ਉਹ ਵੀ, ਜੇ ਫੋਨ ਆਇਆ ਕਰੂ ਤਾਂ ਵੀ ਤੈਨੂੰ ਪਤਾ ਲੱਗ ਜਾ ਕਰੂ ਕਿਹਦੇ ਨਾਲ ਗੱਲਾਂ ਕਰਦੀ ਆ। ਮੰਨੀ ਤਾਂ ਗੱਲ, ਇਹ ਤਾਂ ਗੁਣਾਂ ਦੀ ਗੁਥਲੀ ਹੈ ਸੇਠਾ, ਗੁਣਾਂ ਦੀ ਗੁਥਲੀ, ਇਹ ਤਾਂ ਸਾਰੇ ਪੰਜਾਬ 'ਚ ਕਹਿ ਇੱਕ ਕਰਮ ਵਾਲਿਆਂ ਨੂੰ ਮਿਲਦਾ, ਕਰਮ ਵਾਲਿਆਂ ਨੂੰ, ਹੋਰ ਨਹੀਂ ਕਿਸੇ ਨੂੰ ਬਣਾ ਕੇ ਦਿੰਦਾ, ਮੈਂ ਤੈਨੂੰ ਦਿੱਤਾ ਇਹ ਸਿਰਫ, ਹੋਰ ਨਹੀਂ ਬਣਾਉਂਦਾ ਕਿਸੇ ਨੂੰ, ਨਾ ਕਿਸੇ ਨੂੰ ਵੀ ਬਣਾਉਂਦਾ, ਗਰੰਟੀ ਹੈ। ਹੁਣ ਇਹਦਾ ਕੀ ਪੈਸਾ ਟਕਾ ਹੋ ਗਿਆ ਦੇਖ ਲੈ, ਖੁੱਲ੍ਹੇ ਦਿਲ ਨਾਲ ਦੇ ਦੇ 12,000 ਰੁਪਏ ਦੇ ਦੇ। ਅੱਛਾ ਹਾਂ, ਜਾਓ ਜੀ ਦਿਖਾਓ ਸੁਨੀਤਾ ਨੂੰ। ਰੋਬ ਤਾਂ ਪੂਰਾ ਪੈਂਦਾ ਮੁੰਡਿਆ, ਰੋਬ ਕੀ ਰੋਬ ਪੈਂਦਾ ਉਰੇ ਆ ਮਾੜੇ ਜਾ। ਹਾਂਜੀ ਹੁਣ ਕੀ ਹੈ ਗਿਆ, ਆ ਲੈ ਮੁੰਡਿਆ ਤੇਰੀ ਟਿੱਪ। ਆ ਟਿੱਪ ਕੀ ਹੁੰਦੀ ਹੈ ਜੀ? ਨਿਆਮ ਹੁੰਦਾ ਹੈ, ਜਾ ਕੰਮ ਕਰ। ਲਓ ਮਾਤਾ ਰਾਣੀ ਦਾ ਨਾਮ, ਮਾਤਾ ਦੀ ਜੈ, ਮਾਤਾ ਦੀ ਜੈ, ਚੇਪ ਤਾਂ ਅੱਜ ਫੇਰ ਚੱਟ ਵਿਗੜੇ ਤਾਂ ਉਖੜੀ, ਚੱਟ ਵਿਗੜੇ ਤਾਂ ਉਖੜੀ, ਕਹਿਣ ਕੁਹਾੜੀ ਹੁੰਦੇ ਆ, ਕੁਹਾੜੀ ਹੁੰਦੇ ਆ। ਓ ਤੂੰ ਕੀ ਜਾਣੇ ਜੱਟ ਕੇ ਨੀ ਜੱਟ ਜਗਾੜੀ ਹੁੰਦੇ ਆ।
ਸਾਰਿਆਂ ਨੂੰ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲੇ ਕਰਾਇਓ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਆਹ ਜਗਾੜ ਬਾਈ ਨੇ ਬਣਾਇਆ ਇਹਦਾ ਪਿੰਡ ਹੈ ਛਾੜ ਅਤੇ ਮਿੱਤਰ ਪਿਆਰੋ ਦੇ ਇੰਸਟਾਗ੍ਰਾਮ ਦਾ ਲਿੰਕ ਅਤੇ ਫੇਸਬੁੱਕ ਪੇਜ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਅਤੇ ਉੱਥੇ ਜਾ ਕੇ ਫੋਲੋ ਜ਼ਰੂਰ ਕਰਿਓ ਲਓ ਜੀ ਉਹ ਟਰਾਲੀ ਭਰ ਕੇ ਸਾਰਿਆਂ ਨੂੰ